ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਹਾਜ਼ਰ ਹਾਂ ਕਿਸੇ ਖਾਲਸਾ ਰਾਜ ਦੇ ਲੈ ਕੇ। ਸੋ ਅੱਜ ਆਪਾਂ ਗੱਲ ਕਰਾਂਗੇ ਸ਼ੇਰੇ ਪੰਜਾਬ ਦੇ ਸਮੇਂ ਜਿਹੜੇ ਕਿਸਾਨ ਸਨ, ਜ਼ਿਮੀਂਦਾਰ ਜੱਟ, ਉਹਨਾਂ ਦੀ ਕੀ ਦਸ਼ਾ ਸੀ। ਅਤੇ ਤੁਸੀਂ ਪੂਰੀ ਵੀਡੀਓ ਸੁਣਿਓ ਜ਼ਰੂਰ, ਹੈ ਨਾ, ਕਿ ਕਿੱਦਾਂ ਦਾ ਮਤਲਬ ਕਿ ਕਿਸਾਨਾਂ ਦੇ ਨਾਲ ਕੀ ਵਰਤਾਓ ਹੁੰਦਾ ਸੀ ਉਦੋਂ, ਹੈ ਨਾ, ਕਿੰਨੀ ਕੁ ਸੁਣਵਾਈ ਹੁੰਦੀ ਸੀ ਉਹਨਾਂ ਦੀ। ਅਤੇ ਤੁਸੀਂ ਫਿਰ ਅੱਜ ਦੇ ਸਮੇਂ ਦੀਆਂ ਸਰਕਾਰਾਂ ਜੋ ਕਿਸਾਨਾਂ ਨਾਲ ਕਰਦੀਆਂ ਹੈ, ਤਾਂ ਤੁਸੀਂ ਉਹਦੀ ਤੁਲਨਾ ਕਰਕੇ ਦੇਖਿਓ ਕਿ ਅੱਜ ਦੀ ਸਰਕਾਰ ਕਿਸਾਨਾਂ ਨਾਲ ਕੀ ਕਰਦੀ ਹੈ, ਅਤੇ ਉਹ ਜਿਹੜਾ ਜਦੋਂ ਖਾਲਸੇ ਦਾ ਰਾਜ ਹੁੰਦਾ ਸੀ ਸ਼ੇਰੇ ਪੰਜਾਬ ਦਾ, ਉਹ ਕਿਸਾਨਾਂ ਦੇ ਨਾਲ ਕਿਵੇਂ ਪੇਸ਼ ਆਉਂਦੀ ਸੀ। ਸੋ ਮਹਾਰਾਜਾ ਸਾਹਿਬ ਦੇ ਸਾਰੇ ਜ਼ਿੰਮੇਵਾਰ ਕਰਮਚਾਰੀਆਂ ਲਈ ਇਹ ਆਮ ਹੁਕਮ ਸੀ ਕਿ ਜੋ ਕਿ ਬਹੁਤਿਆਂ ਫਰਮਾਨਾਂ ਦੇ ਵਿੱਚ ਲਿਖਿਆ ਮਿਲਦਾ। ਇਸੇ ਤਰ੍ਹਾਂ ਬਹੁਤ ਲਿਖਤਾਂ ਜਿਹੜੀਆਂ ਸੀ ਉਹਨਾਂ ਤੋਂ ਸਪਸ਼ਟ ਹੁੰਦਾ ਕਿ ਮਹਾਰਾਜਾ ਸਾਹਿਬ ਸਦਾ ਹੀ ਕਿਸਾਨਾਂ ਦੀ ਭਲਾਈ ਅਤੇ ਉਹਨਾਂ ਦੇ ਹੌਂਸਲੇ ਵਧਾਉਣ ਦੇ ਕੰਮ ਨੂੰ ਰਾਜਸੀ ਕੰਮਾਂ ਤੋਂ ਵੀ ਜ਼ਿਆਦਾ ਜ਼ਰੂਰੀ ਅਤੇ ਮੁੱਖ ਸਮਝਦੇ ਸੀ। ਸੋ ਹਰ ਇੱਕ ਕਾਰਦਾਰ ਨੂੰ ਇਹ ਅਧਿਕਾਰ ਦਿੱਤੇ ਗਏ ਸਨ ਕਿ ਲੋੜਵੰਦ ਕਿਸਾਨਾਂ ਨੂੰ, ਜਿਨ੍ਹਾਂ ਦੀ ਆਰਥਿਕ ਦਸ਼ਾ ਕਮਜ਼ੋਰ ਹੋਵੇ, ਤਾਂ ਉਹਨਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਬਿਨਾਂ ਵਿਆਜ ਤੋਂ ਪੈਸੇ ਦਿੱਤੇ ਜਾਣ, ਠੀਕ ਹੈ ਜੀ। ਸੋ ਜਿਹਦੇ ਨਾਲ ਉਹ ਵਧੀਆ ਬੀਜ ਅਤੇ ਜ਼ਿਮੀਂਦਾਰੀ ਦੀਆਂ ਸਭ ਪ੍ਰਕਾਰ ਦੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰ ਸਕਣ। ਕਹਿੰਦੇ ਪੁਰਾਣੀਆਂ ਲਿਖਤਾਂ ਤੋਂ ਮਹਾਰਾਜੇ ਸਾਹਿਬ ਦਾ ਇੱਕ ਹੋਰ ਬੜਾ ਜ਼ਰੂਰੀ ਹੁਕਮ ਮਿਲਦਾ ਜੋ ਕਿ ਆਮ ਵਰਤੋਂ 'ਚ ਆਉਂਦਾ ਸੀ। ਇਹਦੇ ਵਿੱਚ ਲਿਖਿਆ ਹੋਇਆ ਸੀ ਕਿ ਲੈਣਦਾਰ ਕਿਸੇ ਜ਼ਿਮੀਂਦਾਰ ਦੇ ਬਲਦ, ਹਲ, ਪੰਜਾਲੀ ਅਤੇ ਕਿਸੇ ਵੀ ਸੰਦ ਆਪਣੇ ਲੈਣ ਵਿੱਚ ਨਹੀਂ ਸੀ ਕਰ ਸਕਦਾ। ਮਤਲਬ ਜੇ ਕੋਈ ਕਿਸੇ ਨੂੰ ਪੈਸੇ ਦਿੰਦਾ ਸੀ ਜੱਟ ਜ਼ਿਮੀਂਦਾਰ ਨੂੰ, ਤਾਂ ਉਹ ਜੇ ਨਾ ਮੁੜਨ ਉਹਦੇ ਕੋਲੋਂ ਪੈਸੇ ਬਾਈ ਚਾਂਸ, ਤਾਂ ਉਹਦੇ ਬਦਲੇ ਦੇ ਵਿੱਚ ਉਹਦੀ ਕੁਰਕੀ ਨਹੀਂ ਸੀ ਹੁੰਦੀ ਕਿਸੇ ਵੀ ਚੀਜ਼ ਦੀ, ਠੀਕ ਹੈ ਜੀ। ਸੋ ਮਾਲੀਆ ਨਿਯਤ ਕਰਦਿਆਂ ਹੋਇਆ ਜੇ ਕਿਸੇ ਇਲਾਕੇ ਦੇ ਕਾਰਦਾਰ ਵੱਲੋਂ ਕੋਈ ਬੇਪਰਵਾਹੀ ਵਰਤੀ ਜਾਂਦੀ, ਤਾਂ ਉਹਦੀ ਸ਼ਿਕਾਇਤ ਮਹਾਰਾਜੇ ਕੋਲ ਡਾਇਰੈਕਟ ਹੁੰਦੀ ਸੀਗੀ, ਠੀਕ ਹੈ ਜੀ। ਸੋ ਕਹਿੰਦੇ ਵੀ ਜਦੋਂ ਤੱਕ ਉਹ ਸ਼ਿਕਾਇਤ ਦਾ ਨਿਪਟਾਰਾ ਨਹੀਂ ਸੀ ਹੁੰਦਾ, ਉਦੋਂ ਤੱਕ ਸਰਕਾਰ ਸੁੱਖ ਦੀ ਨੀਂਦ ਸੀ ਸੌਂਦੀ, ਠੀਕ ਹੈ ਜੀ। ਅਤੇ ਸ਼ਿਕਾਇਤ ਨੂੰ ਦੂਰ ਕਰਕੇ ਪਰਜਾ ਨੂੰ ਨਿਸ਼ਚਿੰਤ ਨਹੀਂ ਸੀ ਕਰ ਲੈਂਦੇ ਜਦੋਂ ਤੱਕ, ਉਦੋਂ ਤੱਕ ਇਹ ਜਿਹੜੀ ਸਰਕਾਰ ਹੈ ਸੁੱਖ ਦੀ ਨੀਂਦ ਨਹੀਂ ਸੀ ਸੌਂਦੀ। ਕਹਿ ਲਈਏ ਵੀ ਇੰਨਾ ਫਿਕਰ ਹੁੰਦਾ ਸੀ ਉਹਨਾਂ ਨੂੰ ਸ਼ੇਰੇ ਪੰਜਾਬ ਦੇ ਹੁਕਮ ਦਾ। ਸੋ ਇਸ ਤਰ੍ਹਾਂ ਜਿਹੜੀਆਂ ਭੁੱਲਾਂ ਹੁੰਦੀਆਂ ਸੀ ਉਹਨਾਂ ਦੀ ਸ਼ੇਰੇ ਪੰਜਾਬ ਆਪ ਪੜਤਾਲ ਕਰਾਉਂਦੇ ਸਨ, ਅਤੇ ਜੇ ਕਿਸੇ ਕਾਰਦਾਰ ਮੁਲਾਜ਼ਮ ਨੇ ਕੋਈ ਸਖਤੀ ਕਰੀ ਹੁੰਦੀ ਇੱਦਾਂ, ਤਾਂ ਉਹਨੂੰ ਜਾਂ ਤਾਂ ਉੱਥੋਂ ਬਦਲ ਦਿੰਦੇ, ਉਹਦੀ ਬਦਲੀ ਕਰ ਦਿੰਦੇ, ਜਾਂ ਕੋਈ ਯੋਗ ਸਜ਼ਾ ਦਿੰਦੇ ਉਹਨੂੰ ਉਸੇ ਟਾਈਮ, ਤਾਂ ਕਿ ਜਿਹੜੇ ਹੋਰ ਕਰਮਚਾਰੀ ਆ ਇਹਨਾਂ ਨੂੰ ਸਿੱਖਿਆ ਮਿਲ ਸਕੇ। ਸੋ ਉਦਾਹਰਣ ਲਈ ਆਪਾਂ ਤੁਹਾਨੂੰ ਇੱਕ ਵਾਕਿਆ ਦਾ ਦੱਸਦੇ ਹਾਂ। 1830 ਈਸਵੀ ਦੇ ਵਿੱਚ ਰਾਵਲਪਿੰਡੀ ਦੇ ਇਲਾਕੇ ਦਾ ਮਾਲੀਆ ਸੀ ਜਿਹੜਾ, ਉਹ ਥੋੜ੍ਹਾ ਜਿਹਾ ਕਰੜਾ ਨੀਯਤ ਹੋਇਆ, ਜ਼ਿਆਦਾ ਪੈਸੇ ਬਣ ਗਏ ਮਤਲਬ। ਪਰ ਇੱਥੋਂ ਦੇ ਜਿਹੜੇ ਜ਼ਿਮੀਂਦਾਰ ਸਨ ਇਹ ਫਿਰ ਫਰਿਆਦ ਲੈ ਕੇ ਆਏ ਸ਼ੇਰੇ ਪੰਜਾਬ ਤੱਕ, ਉਹਨਾਂ ਦੀ ਫਰਿਆਦ ਪਹੁੰਚੀ। ਸੋ ਜਾਂ ਫਿਰ ਸ਼ੇਰੇ ਪੰਜਾਬ ਨੇ ਇਹ ਜਿਹੜਾ ਇਹਦਾ ਕਰਨਲ ਸੀਗਾ ਜਨਰਲ ਵੈਂਤੂਰਾ, ਉਹਨੂੰ ਪੜਤਾਲ ਕਰਨ ਲਈ ਡਿਊਟੀ ਲਾਈ ਉਹਦੀ, ਤਾਂ ਉਹਨੇ ਮੌਕੇ 'ਤੇ ਪਹੁੰਚ ਕੇ ਜਿਹੜੇ ਜਿਹੜੇ ਪਿੰਡ ਸਨ ਉਹਨਾਂ ਵਿੱਚੋਂ ਸਨ ਪਿੰਡੀ, ਤਖਤਪੜੀ, ਬੰਦਾਕੁਰੀ, ਮੁਗਲ ਅਤੇ ਸੈਦਪੁਰ ਦੇ ਜਿਹੜੇ ਜ਼ਿਮੀਂਦਾਰ ਸਨ ਇਹਨਾਂ ਦੀ ਸ਼ਿਕਾਇਤ ਦੀ ਪੜਤਾਲ ਕੀਤੀ। ਤਾਂ ਆਪ ਨੇ ਜਿਹੜੇ ਇਹ ਲਗਾਨ ਸੀਗਾ ਨਵਾਂ, ਇਹਨੂੰ ਵਾਜਬ ਸਮਝਿਆ। ਪਰ ਜਦੋਂ ਆਪਾਂ ਹਿਸਾਬ ਲਾਈਏ ਤਾਂ ਜਿਹੜੇ ਜ਼ਿਮੀਂਦਾਰ ਸਨ ਉਹ ਬੰਤੂਰੇ ਦੇ ਫੈਸਲੇ ਤੋਂ ਸੰਤੁਸ਼ਟ ਨਹੀਂ ਹੋਏ, ਜੱਟ ਜ਼ਿਮੀਂਦਾਰ ਸਨ ਜਿਹੜੇ, ਤਾਂ ਇਹਨਾਂ ਨੇ ਉਸੇ ਤਰ੍ਹਾਂ ਜਿਹੜੀ ਸ਼ਿਕਾਇਤ ਸੀ ਬਾਕੀ ਰਹੀ ਇਹਨਾਂ ਦੀ, ਮਤਲਬ ਕਿ ਸੰਤੁਸ਼ਟ ਨਹੀਂ ਹੋਏ ਇਸ ਗੱਲ ਤੋਂ। ਤਾਂ ਸ਼ੇਰੇ ਪੰਜਾਬ ਨੇ ਇਹਨਾਂ ਨੂੰ ਆਪਣੇ ਕੋਲ ਲਾਹੌਰ ਬੁਲਾਇਆ, ਸਾਰੇ ਮੁਖੀਆਂ ਨੂੰ, ਠੀਕ ਹੈ ਜੀ। ਅਤੇ ਮੁਖੀਆਂ ਨੂੰ ਲਾਹੌਰ ਬੁਲਾਇਆ ਤਾਂ ਇਹਨਾਂ ਦੀ ਬੜੀ ਆਓ ਭਗਤ ਕੀਤੀ ਗਈ, ਇਹਨਾਂ ਨੂੰ ਕਈ ਦਿਨਾਂ ਤੱਕ ਆਪਣੇ ਪਾਸ ਮਹਿਮਾਨ ਨਵਾਜ਼ੀ ਕੀਤੀ ਇਹਨਾਂ ਦੀ, ਸਾਰੇ ਮੁਖੀਆਂ ਦੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਸ਼ੇਰੇ ਪੰਜਾਬ ਨੇ ਇਹਨਾਂ ਨੂੰ ਮਿਲਣ ਲਈ ਖੁੱਲ੍ਹਾ ਸਮਾਂ ਦਿੱਤਾ। ਤਾਂ ਉਹਨਾਂ ਦੇ ਦੱਸੇ ਹੋਏ ਦੂਸ਼ਣਾਂ ਨੂੰ ਠੀਕ ਸਮਝ ਕੇ ਸ਼ੇਰੇ ਪੰਜਾਬ ਨੇ ਜਿਹੜਾ ਲਗਾਨ ਸੀਗਾ ਉਹ ਬੜਾ ਹਲਕਾ ਜਾਰੀ ਕੀਤਾ, ਬੜਾ ਹਲਕਾ ਮਾਮਲਾ ਜਿਹੜਾ ਸੀ ਉਹ ਨਿਯਤ ਕਰਤਾ। ਸੋ ਨਾਲ ਹੀ ਉਹਨਾਂ ਨੂੰ ਇਹ ਦੱਸਿਆ, ਭਰੋਸਾ ਦਵਾਇਆ ਕਿ ਜੋ ਉਹਨਾਂ ਪਰ ਕਰੜਾਈ ਹੋਈ ਆ ਉਹਦਾ ਸਾਨੂੰ ਦਿਲੀ ਰੰਜ ਹੈ ਅਤੇ ਸਾਨੂੰ ਦੁੱਖ ਆ। ਅਤੇ ਉਹਨਾਂ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਤੁਸੀਂ ਪੱਕਾ ਸਮਝੋ ਕਿ ਇਹ ਉਸਦੇ ਹੁਕਮ ਨਾਲ ਨਹੀਂ ਹੋਇਆ, ਸਗੋਂ ਕਰਮਚਾਰੀਆਂ ਦੀ ਬੇਸਮਝੀ ਦੇ ਨਾਲ ਹੋਇਆ ਹੈ, ਠੀਕ ਹੈ ਜੀ। ਸੋ ਮਹਾਰਾਜਾ ਸਾਹਿਬ ਨੇ ਉੱਥੋਂ ਦੇ ਕਾਰਦਾਰ ਨੂੰ ਫਟਾਫਟ ਉੱਥੋਂ ਬਦਲਿਆ, ਉਹਦੀ ਬਦਲੀ ਕਰੀ, ਅਤੇ ਬਦਲੀ ਕਰਕੇ ਉੱਥੇ ਉਹਦੀ ਥਾਂ 'ਤੇ ਭਾਈ ਦਲ ਸਿੰਘ ਨੂੰ ਨਿਯੁਕਤ ਕਰਿਆ, ਜੋ ਕਿ ਬੜਾ ਆਪਣੇ ਨੇਕ ਸੁਭਾਅ ਅਤੇ ਉੱਚ ਆਚਰਣ ਦਾ ਉੱਤਮ ਨਮੂਨਾ ਸੀ। ਤਾਂ ਉਸਨੇ ਇੱਥੇ ਆ ਕੇ ਪ੍ਰਜਾ ਦੇ ਨਾਲ ਇੰਨਾ ਪਿਆਰ ਵਰਤਾਓ ਕਰਿਆ,
ਤਾਂ ਲੋਕ ਅੱਜ ਤੱਕ ਉਹਦੀ ਨੇਕੀ ਦੀਆਂ ਕਹਾਣੀਆਂ ਸੁਣਾਉਂਦੇ ਆ। ਸੋ ਕਹਿ ਲਈਏ ਵੀ ਇਹ ਘਟਨਾ ਦਾ ਵੇਰਵਾ ਹੈ ਜਿਹੜਾ ਇਹ ਰਾਵਲਪਿੰਡੀ ਦੇ ਸਰਕਾਰੀ ਗਜ਼ਟੀਅਰ ਦੇ ਸਫ਼ਾ 203 ਭਾਗ ਏ ਉੱਪਰ ਲਿਖਿਆ ਹੋਇਆ ਅੱਜ ਵੀ, ਠੀਕ ਹੈ ਜੀ। ਸੋ ਇਸੇ ਤਰ੍ਹਾਂ ਦੀ ਸ਼ਿਕਾਇਤ ਦੇ ਸਾਬਤ ਹੋ ਜਾਣ ਪਰ ਇਲਾਕਾ ਭਿੰਬਰ ਦੇ ਕਾਰਦਾਰਾਂ ਨਰਾਇਣ ਦਾਸ ਅਤੇ ਹਰਨਾਮ ਦਾਸ ਨੂੰ ਉੱਥੋਂ ਬਦਲ ਕੇ ਉਹਨਾਂ ਦੀ ਥਾਂ 'ਤੇ ਚੌਧਰੀ ਘਨੱਈਆ ਜੋ ਕਿ ਬੜਾ ਹਰਮਨ ਪਿਆਰਾ ਅਤੇ ਭਲੇ ਸੁਭਾਅ ਲਈ ਉਸ ਸਮੇਂ ਪ੍ਰਸਿੱਧ ਸੀ ਤਾਂ ਉਹਨੂੰ ਭਿੰਬਰ ਦਾ ਕਾਰਦਾਰ ਨਿਯੁਕਤ ਕਰਿਆ। ਚੌਧਰੀ ਘਨੱਈਏ ਦੇ ਨਾਮ ਪਰ ਜੋ ਫਰਮਾਨ ਮਹਾਰਾਜਾ ਵੱਲੋਂ ਜਾਰੀ ਹੋਇਆ ਉਹ ਵੀ ਅੱਜ ਮੌਜੂਦ ਹੈ, ਠੀਕ ਹੈ ਜੀ। ਸੋ ਮਤਲਬ ਕਿ ਇੱਦਾਂ ਦੇ ਵਾਕਿਆਤ ਹੁੰਦੇ ਸੀਗੇ ਜ਼ਿਮੀਂਦਾਰਾਂ ਨਾਲ, ਕਹਿ ਲਈਏ ਵੀ ਐਡੀ ਬੁੱਕਤ ਹੁੰਦੀ ਸੀ ਜੱਟਾਂ ਦੀ, ਜ਼ਿਮੀਂਦਾਰਾਂ ਦੀ, ਕਿਸਾਨਾਂ ਦੀ ਉਸ ਸਮੇਂ, ਕਿ ਸ਼ੇਰੇ ਪੰਜਾਬ ਮਿਲਣ ਲਈ ਵੀ ਖੁੱਲ੍ਹਾ ਸਮਾਂ ਦਿੰਦਾ ਸੀਗਾ ਅਤੇ ਕੋਈ ਰੋਕ ਟੋਕ ਨਹੀਂ ਵੀ ਸੀ, ਅਤੇ ਆਪਣੇ ਦਰਬਾਰ ਦੇ ਵਿੱਚ ਕਹਿ ਲਈਏ ਬੁਲਾ ਕੇ ਮਹਿਮਾਨ ਨਵਾਜ਼ੀ ਵੀ ਕਿਸਾਨਾਂ ਦੀ ਕਰਦਾ ਸੀ। ਪਰ ਅੱਜ ਦੀਆਂ ਸਰਕਾਰਾਂ ਦੇਖ ਲਓ ਕਿ ਕਿਵੇਂ ਇਹਨਾਂ ਨੇ ਜ਼ਿਮੀਂਦਾਰ ਨੂੰ ਰੋਲਿਆ ਹੋਇਆ ਹੈ। ਤੁਸੀਂ ਖੁਦ ਹਿਸਾਬ ਲਾ ਸਕਦੇ ਕਿ ਖਾਲਸਾ ਰਾਜ ਕਿੰਨਾ ਖੁਸ਼ਹਾਲ ਰਾਜ ਸੀਗਾ, ਠੀਕ ਹੈ ਜੀ। ਸੋ ਆਸ ਕਰਦਾ ਕਿ ਤੁਹਾਨੂੰ ਇਹ ਵਾਕਿਆਤ, ਇਹ ਕਿੱਸਾ ਖਾਲਸੇ ਰਾਜ ਨਾਲ ਜੁੜਿਆ ਜ਼ਿਮੀਂਦਾਰਾਂ ਸੰਬੰਧੀ ਤੁਹਾਨੂੰ ਪਸੰਦ ਆਇਆ ਹੋਊਗਾ, ਅਤੇ ਇਹ ਵਾਕਿਆ ਤੁਸੀਂ ਜ਼ਰੂਰ ਸਾਂਝਾ ਕਰੋਗੇ ਅੱਗੇ ਤਾਂ ਕਿ ਜ਼ਰੂਰ ਪਤਾ ਲੱਗ ਸਕੇ ਕਿ ਖਾਲਸੇ ਦਾ ਰਾਜ ਕਿਹੋ ਜਿਹਾ ਸੀ ਅਤੇ ਜ਼ਿਮੀਂਦਾਰਾਂ ਲਈ ਉਹਨਾਂ ਦਾ ਵਰਤਾਓ ਕਿੱਦਾਂ ਦਾ ਸੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।